ਸਤਿ ਸ਼੍ਰੀ ਅਕਾਲ ਜੀ, ਮੈਂ ਅਮਰ, ਤੁਸੀਂ ਵੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਵੱਡੀ ਖਬਰ ਆ ਰਹੀ ਹੈ ਦੁਆਬੇ ਤੋਂ। ਕੈਪਟਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਹੈ ਅਤੇ ਕੈਪਟਨ ਨੇ ਸ਼ਾਹਕੋਟ ਦੇ ਕਈ ਪਿੰਡਾਂ ਦਾ ਜਾਇਜ਼ਾ ਲਿਆ ਹੈ। ਕੈਪਟਨ ਨੇ ਫੌਜ ਤੋਂ ਫਿਲਹਾਲ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਹੜ੍ਹ ਕਰਕੇ 30,000 ਲੋਕ ਪ੍ਰਭਾਵਿਤ ਹੋਏ ਨੇ। ਕੈਪਟਨ ਨੇ ਇਹ ਗੱਲ ਕਹੀ ਹੈ। ਅੱਜ 108 ਪਿੰਡਾਂ ਦੀ ਫਸਲ ਖਰਾਬ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਨੇ। ਹਾਲਾਂਕਿ ਕੈਪਟਨ ਨੇ ਜਿੱਥੇ ਦੌਰਾ ਕੀਤਾ ਹੈ ਉਹਨਾਂ ਪਿੰਡਾਂ ਦਾ ਅੰਕੜਾ ਤੁਹਾਨੂੰ ਅਸੀਂ ਵਿਖਾ ਰਹੇ ਹਾਂ। ਸਤਲੁਜ ਦਰਿਆ 'ਚ 14 ਵਾਰ ਪਾੜ ਅਜੇ ਤੱਕ ਪੈ ਚੁੱਕਿਆ ਅਤੇ ਖਾਸਾ ਨੁਕਸਾਨ ਕੈਪਟਨ ਨੇ ਕਿਹਾ ਕਿ ਹੋ ਚੁੱਕਿਆ ਹੈ। ਕੈਪਟਨ ਨੂੰ ਵੈਸੇ ਤਾਂ ਸਥਿਤੀ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ਦੀ ਸਥਿਤੀ ਕੀ ਹੈ, ਦੁਆਬਾ 'ਚ ਕਿੱਥੇ ਕਿੱਥੇ ਨੁਕਸਾਨ ਹੋਇਆ, ਪਰ ਹਵਾਈ ਸਰਵੇਖਣ ਦੇ ਰਾਹੀਂ ਉਹ ਖੁਦ ਵੇਖਣਾ ਚਾਹੁੰਦੇ ਸੀ ਕਿ ਕਿੱਦਾਂ ਦਾ ਨੁਕਸਾਨ ਹੋਇਆ। ਫਿਲਹਾਲ ਕੈਪਟਨ ਅਮਰਿੰਦਰ ਸਿੰਘ ਤਸਵੀਰਾਂ ਦੇ ਰਾਹੀਂ ਤੁਸੀਂ ਵੇਖ ਸਕਦੇ ਹੋ ਕਿਵੇਂ ਹਵਾਈ ਸਰਵੇਖਣ ਕਰਦੇ ਨਜ਼ਰ ਆ ਰਹੇ ਨੇ। ਸੁਲਤਾਨਪੁਰ ਲੋਧੀ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੋਪੜ ਤੋਂ ਬਾਅਦ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ। ਤਸਵੀਰਾਂ ਲਗਾਤਾਰ ਤੁਹਾਨੂੰ ਵਿਖਾ ਰਹੇ ਹਾਂ। ਹੈਲੀਕਾਪਟਰ ਕੈਪਟਨ ਅਮਰਿੰਦਰ ਸਿੰਘ ਦਾ ਸੁਲਤਾਨਪੁਰ ਲੋਧੀ ਪਹੁੰਚੇ। ਕੈਪਟਨ ਨੇ ਸਰੂਪ ਵਾਲਾ ਪਿੰਡ 'ਚ ਟੁੱਟੇ ਬੰਨ ਦਾ ਜਾਇਜ਼ਾ ਵੀ ਲਿਆ, ਜਿਵੇਂ ਕਿ ਤੁਸੀਂ ਤਸਵੀਰਾਂ 'ਚ ਵੇਖ ਰਹੇ ਹੋ। ਲੋਕਾਂ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ। ਕੈਪਟਨ ਨੇ ਭਰੋਸਾ ਵੀ ਦਵਾਇਆ ਕਿ ਹਰ ਸੰਭਵ ਮਦਦ ਸਰਕਾਰ ਵੱਲੋਂ ਕੀਤੀ ਜਾਵੇਗੀ। ਸ਼ਾਹਕੋਟ ਹੈ, ਲੋਹੀਆਂ ਹੈ, ਇਹ ਸਾਰਿਆਂ ਦੇ ਵਿੱਚ ਸਾਨੂੰ ਇਹ ਪ੍ਰੋਬਲਮ ਆਈ ਹੈ। ਹੁਣ ਇਹ ਬਾਰਿਸ਼ਾਂ ਜ਼ਿਆਦਾ ਹੋਈਆਂ ਨੇ ਹਿਮਾਚਲ 'ਚ, ਪਾਕੜਾ ਭਰ ਗਿਆ। ਜਦੋਂ ਭਰ ਗਿਆ ਤਾਂ ਉਹਨਾਂ ਨੂੰ ਪਾਣੀ ਛੱਡਣਾ ਪਿਆ। ਉਹਦੇ ਨਾਲ ਇੱਕਦਮ ਪਾਣੀ ਜਿਹੜਾ ਆਇਆ ਉਹ ਬੰਦੇ ਵਗੈਰਾ ਸਾਡੇ ਟੁੱਟੇ ਨੇ ਬੰਦੇ। ਕਿ ਅਸੀਂ ਹੁਣ ਇੱਕ ਵਜ਼ੀਰ ਸਾਹਿਬ ਕਿੱਥੇ ਹੋ, ਅਸੀਂ ਹੁਣ ਇਹ ਬਣਾ ਰਹੇ ਹਾਂ ਇੱਕ ਸਕੀਮ ਵਰਲਡ ਬੈਂਕ ਨੂੰ ਭੇਜਣ ਲਈ ਕਿ ਇਹਨਾਂ ਦੇ ਅਲਾਈਨਮੈਂਟ ਦੀ ਅਸੀਂ ਦੁਬਾਰਾ ਇਹ ਕੀਤਾ ਜਾਵੇ, ਪੈਸਾ ਦਿੱਤਾ ਜਾਵੇ ਤਾਂ ਕਿ ਸਦਾ ਵਾਸਤੇ ਇਸ ਕੰਮ ਨੂੰ ਮੁਕਾਈਏ। ਕਿਉਂਕਿ ਸਾਹਿਬ ਇਲਾਕੇ ਸਾਡੇ ਦੇ ਵਿੱਚ ਪੰਜਵਾਂ ਹੜ੍ਹ ਹੈ ਤਾਂ ਲੋਕਾਂ ਦਾ ਬੜਾ ਰੋਸ ਹੈ ਕਿ ਆਜ਼ਾਦੀ ਤੋਂ ਬਾਅਦ ਇਹ ਪੰਜਵਾਂ ਹੜ੍ਹ ਜਿਹੜਾ ਆਉਣਾ ਬਹੁਤ ਵੱਡੀ ਗੱਲ ਹੈ। ਨਹੀਂ, ਕੋਈ ਪ੍ਰਸ਼ਾਸਨ ਦਾ ਕੋਈ ਕੰਮ ਨਹੀਂ। ਇਹ ਤਾਂ ਜੋ ਬਾਰਿਸ਼ ਪਈ ਹੈ ਇਹ ਪ੍ਰਸ਼ਾਸਨ ਨਹੀਂ ਕੰਟਰੋਲ ਕਰਦੀ ਬਾਰਿਸ਼ ਨੂੰ। ਇਹ ਬਾਰਿਸ਼, ਮੈਂ ਸੁਣੋ ਮੇਰੀ ਗੱਲ, ਬਾਰਿਸ਼ ਪਈ ਹੈ ਬਹੁਤ ਵੱਡੇ ਤਕੜੇ ਪੈਮਾਨੇ ਦੀ। ਆਮ ਤੌਰ 'ਤੇ ਅਗਸਤ ਦੇ ਅਖੀਰ 'ਚ ਔਰ ਸਪਟੈਂਬਰ 'ਚ ਬਾਰਿਸ਼ ਆਉਂਦੀ ਹੈ। ਐਤਕੀ ਅਸੀਂ ਜੁਲਾਈ 'ਚ ਵੀ ਹੜ੍ਹ ਆ ਗਿਆ ਘੱਗਰ 'ਚ, ਆ ਹੁਣ ਤੁਹਾਡੇ ਇਹ ਦੋਨੋਂ ਨਦੀਆਂ ਬਿਆਸ ਔਰ ਸਤਲੁਜ ਵਿੱਚ ਆਇਆ, ਹੁਣ ਆਪਾਂ ਅਗਸਤ ਦੇ ਵਿੱਚ ਹੈ। ਹੁਣ ਮੈਨੂੰ ਤਾਂ ਇੰਨਾ ਹੀ ਹੈ ਅਕਾਲ ਪੁਰਖ ਦੀ ਅਰਦਾਸ ਕਿ ਆ ਦੁਬਾਰਾ ਜਿਹੜੀ ਸਪਟੈਂਬਰ 'ਚ ਆਉਂਦੀ ਆ ਉਹ ਨਾ ਆਏ। ਅਗਰ ਆਪਾਂ ਉਹ ਨਾ ਛੱਡਦੇ ਪਾਣੀ ਤੇ ਡੈਮ ਟੁੱਟ ਜਾਂਦਾ, ਸਾਰੇ ਪੰਜਾਬ ਨੇ ਡੁੱਬ ਜਾਣਾ ਸੀ। ਤਾਂ ਹੀ ਉਹਨਾਂ ਨੂੰ ਛੱਡਣਾ ਪਿਆ ਔਰ ਪਾਣੀ ਉਹ ਪੰਜਾਬ ਪਾਣੀ ਜਿਹੜਾ ਛੱਡਿਆ ਹੈ ਪਹਿਲਾਂ ਤਾਂ ਬਹੁਤ ਜ਼ਿਆਦਾ ਸੀਗਾ, ਮੇਰੇ ਖਿਆਲ 2 ਲੱਖ ਕਿਊਸੈਕ ਤੱਕ, ਪਰ ਹੁਣ ਘੱਟ ਗਿਆ। ਔਰ ਜੋ ਮੈਂ ਪਿੱਛੋਂ ਦੇਖ ਕੇ ਆਇਆ, ਮੈਂ ਹੁਣ ਚਮਕੌਰ ਸਾਹਿਬ ਤੋਂ ਆਇਆ, ਉੱਧਰ ਚਮਕੌਰ ਸਾਹਿਬ ਖਲੌਰ ਤੋਂ ਪਾਣੀ ਘੱਟ ਰਿਹਾ। ਸੀ ਐਮ ਸਾਹਿਬ, ਸਾਢੇ 500 ਸਾਲ ਦਾ ਸ਼ਤਾਬਦੀ ਸਮਾਰੋਹ ਨੂੰ ਵੀ ਕੋਈ ਪ੍ਰਭਾਵਿਤ ਹੋਏਗਾ? ਪਹਿਲਾਂ ਤੁਸੀਂ ਆਹ ਤਾਂ ਕੰਮ ਕਰੋ, ਇਹਦੇ ਨਾਲ ਕੋਈ ਪ੍ਰਭਾਵਿਤ ਨਹੀਂ ਪਏਗਾ। ਪੰਜਾਬੀ ਹੈ ਜਿਹੜਾ ਦਸਵੇਂ ਪਹਿਲੇ ਪਾਤਸ਼ਾਹੀ ਦਾ 550 ਸਾਲ ਨਹੀਂ ਮਨਾਊਗਾ, ਸਾਰੇ ਮਨਾਵਾਂਗੇ। ਅਲਾਈਨਮੈਂਟ ਦੀ ਅਲਾਈਨਮੈਂਟ ਅਸੀਂ ਵਰਲਡ ਬੈਂਕ ਨੂੰ ਵੀ ਪੁੱਛਾਂਗੇ, ਗਵਰਨਮੈਂਟ ਆਫ ਇੰਡੀਆ ਨੂੰ ਵੀ, ਔਰ ਅਸੀਂ ਦੁਬਾਰਾ ਅਲਾਈਨਮੈਂਟ ਕਰਕੇ ਬੰਦਾਂ ਨੂੰ ਇਹ ਮਜ਼ਬੂਤ ਤੌਰ 'ਤੇ ਕਰਨਾ ਚਾਹੁੰਦੇ ਹਾਂ। ਅਸੀਂ ਵਰਲਡ ਬੈਂਕ ਨਾਲ ਵੀ ਗੱਲ ਕਰਾਂਗੇ। ਤਸਵੀਰਾਂ ਤੁਸੀਂ ਵੇਖ ਰਹੇ ਹੋ, ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕਰਦੇ ਨਜ਼ਰ ਆ ਰਹੇ ਨੇ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ।
ਦੂਜੇ ਪਾਸੇ ਪ੍ਰਸ਼ਾਸਨ ਤੋਂ ਵੀ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਤੁਸੀਂ ਵੇਖ ਸਕਦੇ ਹੋ ਫੌਜ ਜਿਹੜੀ ਹੈ ਉਹਨਾਂ ਨਾਲ ਗੱਲਬਾਤ ਕਰ ਰਹੀ ਹੈ, ਦੱਸ ਰਹੇ ਨੇ ਕਿ ਕਿਵੇਂ ਕਿਵੇਂ ਮਦਦ ਕੀਤੀ ਜਾ ਰਹੀ ਹੈ, ਕਿਵੇਂ ਸਾਡੀਆਂ ਟੀਮਾਂ ਲੋਕਾਂ ਨੂੰ ਬਾਹਰ ਕੱਢ ਰਹੀ ਹੈ। ਹਾਲਾਂਕਿ 108 ਪਿੰਡਾਂ ਦੀ ਫਸਲ ਖਰਾਬ ਹੋਈ ਹੈ, ਕੈਪਟਨ ਨੇ ਕਿਹਾ, ਕਿਉਂਕਿ 108 ਪਿੰਡ ਉਹ ਨੇ ਜਿੱਥੇ ਕੈਪਟਨ ਨੇ ਦੌਰਾ ਕੀਤਾ, ਪਰ ਓਵਰਆਲ ਜਿਵੇਂ ਦੁਆਬੇ ਦੀ ਅਸੀਂ ਗੱਲ ਕਰੀਏ ਤਾਂ 516 ਪਿੰਡ ਨੇ ਜਿਨ੍ਹਾਂ ਦੀ ਸਥਿਤੀ ਜਿਹੜੀ ਹੈ ਕਾਫੀ ਜ਼ਿਆਦਾ ਖਰਾਬ ਹੈ। ਕੈਪਟਨ ਨੇ ਫੌਜ ਤੋਂ ਅਪੀਲ ਕੀਤੀ ਹੈ, ਮਦਦ ਦੀ ਮੰਗ ਕੀਤੀ ਹੈ। ਦੋ ਤਸਵੀਰਾਂ ਲਗਾਤਾਰ ਤੁਸੀਂ ਵੇਖ ਰਹੇ, ਕੈਪਟਨ ਨੇ ਆਪਣੀ ਅੱਖਾਂ ਤੋਂ ਫਿਲਹਾਲ ਪੂਰਾ ਮੰਜ਼ਰ ਵੇਖਿਆ, ਤਬਾਹੀ ਦਾ ਮੰਜ਼ਰ ਵੇਖਿਆ। ਉਸ ਤੋਂ ਬਾਅਦ ਖੁਦ ਚਿੰਤਾ ਪ੍ਰਗਟ ਕਰਦੇ ਹੋਏ ਉਹਨਾਂ ਨੇ ਕੈਪਟਨ ਤੋਂ ਵੀ ਉਮੀਦ ਕੀਤੀ ਹੈ ਕਿ 1,000 ਕਰੋੜ ਦਾ ਜਿਹੜਾ ਫੰਡ ਹੈ ਉਹ ਜਲਦ ਤੋਂ ਜਲਦ ਰਿਲੀਜ਼ ਕੀਤਾ ਜਾਵੇ। ਹਾਲਾਂਕਿ ਸਵਾਲ ਕੁਛ ਹੋਰ ਵੀ ਕਈ ਪੁੱਛੇ ਪੱਤਰਕਾਰਾਂ ਵੱਲੋਂ, ਪਰ ਸਾਫ਼ ਤੌਰ 'ਤੇ ਕੈਪਟਨ ਨੇ ਫੋਕਸ ਬਾੜ ਪ੍ਰਭਾਵਿਤ ਇਲਾਕਿਆਂ ਨੂੰ ਲੈ ਕੇ ਹੀ ਕੀਤਾ ਹੈ। ਵਿਨੋਦ ਸੱਭਰਵਾਲ ਸਾਡੇ ਪੱਤਰਕਾਰ ਜਲੰਧਰ ਤੋਂ ਜੁੜ ਚੁੱਕੇ ਨੇ। ਵਿਨੋਦ, ਜੇ ਸਿਆਸਤਦਾਨਾਂ ਦੀ ਗੱਲ ਕਰੀਏ ਤਾਂ ਅੱਜ ਕੈਪਟਨ ਅਮਰਿੰਦਰ ਸਿੰਘ ਦੌਰੇ 'ਤੇ ਰਹੇ, ਉਹਨਾਂ ਨੇ ਕੀ ਕੁਛ ਕਿਹਾ ਦਰਸ਼ਕਾਂ ਨੇ ਸੁਣਿਆ। ਸਾਫ਼ ਤੌਰ 'ਤੇ ਸੁਖਬੀਰ ਸਿੰਘ ਬਾਦਲ ਵੀ ਅੱਜ ਦੁਆਬੇ 'ਚ ਰਹਿਣਗੇ, ਕਿਵੇਂ ਦੀ ਸਿਆਸਤ ਅਤੇ ਕਿਵੇਂ ਦੇ ਮੌਜੂਦਾ ਹਾਲਾਤ ਨਜ਼ਰ ਆ ਰਹੇ ਨੇ ਵਿਨੋਦ? ਜੀ ਬਿਲਕੁਲ, ਅੱਜ ਸਵੇਰ ਤੋਂ ਹੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਪਹਿਲਾਂ ਹੈਲੀਕਾਪਟਰ ਰਾਹੀਂ ਜਿਹੜੇ ਬਾੜਗ੍ਰਸਤ ਜਿਹੜੇ ਪਿੰਡ ਉਹਨਾਂ ਦਾ ਉਹਨਾਂ ਨੇ ਦੌਰਾ ਕੀਤਾ, ਉਸ ਤੋਂ ਬਾਅਦ ਰੋਡ ਰਾਹੀਂ ਜਿਹੜੇ ਉਹ ਸ਼ਾਹਕੋਟ ਦੇ ਗਿੱਦੜ ਪਿੰਡੀ ਪਿੰਡ ਪਹੁੰਚੇ। ਉੱਥੇ ਉਹਨਾਂ ਨੇ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ, ਉਹਨਾਂ ਦੀਆਂ ਜਿਹੜੀਆਂ ਸਮੱਸਿਆ ਸੁਣੀਆਂ ਤੇ ਉਹਨਾਂ ਦੇ ਜਿਹੜੇ ਹੱਲ ਕਰਨ ਦੀ ਜਿਹੜੀ ਗੱਲ ਕੀਤੀ ਹੈ, ਜਿੱਥੇ ਕਿਸਾਨਾਂ ਨੇ ਕਿਹਾ ਕਿ ਜਿਹੜਾ ਬੰਨ ਹੈਗਾ ਇਹਨੂੰ ਜਿਹੜਾ ਪੱਕਾ ਕਰਨ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਪਹਿਲਾਂ ਵੀ ਏਦਾਂ ਹੀ ਜਦੋਂ 11 ਸਾਲ ਪਹਿਲਾਂ ਵੀ ਬਾੜ ਆਈ ਸੀ ਤੇ ਉਸਦੇ ਕਾਰਨ ਜਿਹੜੇ ਕਿਸਾਨਾਂ ਨੇ ਆਪਣੀਆਂ ਜਿਹੜੀਆਂ ਮੰਗਾਂ ਉਹਨਾਂ ਦੇ ਸਾਹਮਣੇ ਰੱਖੀਆਂ। ਉਸਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਕਿ ਗਿੱਦੜ ਪਿੰਡੀ ਦੇ ਨਾਲ ਹੀ ਥੋੜੀ ਜਿਹੀ ਅੱਗੇ ਇੱਕ ਫਾਟਕ ਪੈਂਦਾ ਹੈ ਜਿੱਥੇ ਆਮ ਪਬਲਿਕ ਨੂੰ ਰੋਕ ਦਿੱਤਾ ਗਿਆ ਹੈ, ਜਿੱਥੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਿਹੜੇ ਬਾੜ ਦੇ ਵਿੱਚ ਫਸੇ ਲੋਕਾਂ ਲਈ ਲੰਗਰ ਪਾਣੀ ਦਾ ਇੰਤਜ਼ਾਮ ਕਰਕੇ ਲਿਆ ਰਹੇ ਸੀ ਉਹਨਾਂ ਨੂੰ ਰੋਕ ਦਿੱਤਾ। ਉਹਨਾਂ ਵੱਲੋਂ ਜਿਹੜੀ ਨਾਅਰੇਬਾਜ਼ੀ ਵੀ ਇੱਥੇ ਕੀਤੀ ਗਈ, ਕਿਉਂਕਿ ਕਈ ਲੋਕਾਂ ਨੇ ਸਾਫ਼ ਕਿਹਾ ਕਿ ਜਿਹੜੇ ਸੀਐਮ ਸਾਹਿਬ ਅੱਜ ਕੀ ਕਰਨਾ ਹੈ, ਕਿਉਂਕਿ 4-5 ਦਿਨ ਪਹਿਲਾਂ ਹੀ ਜਿਹੜਾ ਇੱਥੇ ਹਾਲਾਤ ਜਿਹੜੇ ਕਾਫੀ ਖਰਾਬ ਹੋ ਗਏ ਸਨ, ਉਹਦੇ ਸੀਐਮ ਸਾਹਿਬ ਕਿੱਥੇ ਸਨ, ਪਰ ਅੱਜ ਜਦੋਂ ਪਿੰਡ ਵਾਲੇ ਰਲ ਕੇ ਜਿਹੜੇ ਉਹਨਾਂ ਦੀ ਮਦਦ ਕਰ ਰਹੇ ਹਨ, ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਪਹੁੰਚਾ ਰਹੇ ਹਨ, ਤੇ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਜੀ? ਬਿਲਕੁਲ ਵਿਨੋਦ, ਨਵਾਂਸ਼ਹਿਰ, ਫਿਲੌਰ, ਸ਼ਾਹਕੋਟ, ਜਲੰਧਰ ਦੇ ਨੇੜਲੇ ਇਲਾਕਿਆਂ ਦੀ ਮੈਂ ਗੱਲ ਕਰਾਂ ਜਿੱਥੇ ਦਰਿਆ ਪੈਂਦਾ ਹੈ, ਕਾਫੀ ਨੁਕਸਾਨ ਹੋਇਆ ਹੈ ਅਤੇ 516 ਇਹ ਪਿੰਡ ਨੇ ਜਿੱਥੇ ਨੁਕਸਾਨ ਦੀਆਂ ਤਸਵੀਰਾਂ ਲਗਾਤਾਰ ਆਪਾਂ ਆਪਣੇ ਦਰਸ਼ਕਾਂ ਨੂੰ ਵਿਖਾ ਰਹੇ ਹਾਂ। ਪਰ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਭਾਖੜਾ ਦਾ ਜਦੋਂ ਪਾਣੀ ਛੱਡਣਾ ਸੀ ਤੁਸੀਂ ਤਦ ਮੁਕੰਮਲ ਇੰਤਜ਼ਾਮਾਂ ਤੁਸੀਂ ਪਹਿਲਾਂ ਹੀ ਕਰ ਸਕਦੇ ਸੀ ਜੇ ਸਥਿਤੀ ਤੁਹਾਨੂੰ ਇੰਨੀ ਗੰਭੀਰ ਪਤਾ ਸੀ, ਅਤੇ NDRF ਦੀਆਂ ਟੀਮਾਂ ਫੌਜ ਨੂੰ ਤੁਸੀਂ ਪਹਿਲਾਂ ਕਿਉਂ ਨਹੀਂ ਲਾਇਆ, ਲੋਕਾਂ ਨੂੰ ਬਾਹਰ ਕਿਉਂ ਨਹੀਂ ਕੱਢਿਆ ਗਿਆ? ਹੋ ਸਕਦਾ ਸੀ ਲੋਕਾਂ ਦਾ ਇੰਨਾ ਨੁਕਸਾਨ ਨਾ ਹੁੰਦਾ ਤਦ? ਜੀ ਬਿਲਕੁਲ, ਇਸ ਬਾਰੇ ਸੀਐਮ ਸਾਹਿਬ ਨਾਲ ਵੀ ਗੱਲ ਕੀਤੀ ਗਈ ਹੈ ਅੱਜ ਵੀ, ਜਦੋਂ ਪਹਿਲੇ ਪਤਾ ਸੀ ਵੀ ਅਲਟੀਮੇਟ ਵੀ ਦਿੱਤਾ ਗਿਆ ਸੀ ਤੇ ਕਿਉਂ ਨੀ ਪਿੰਡ ਵਾਲਿਆਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੂੰ ਬਾਹਰ ਕਿਉਂ ਨੀ ਕੱਢਿਆ ਗਿਆ? ਉਹਨਾਂ ਨਾਲ ਜਦ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਲੋਕ ਹੈ ਉਹ ਪਹਿਲੇ ਹੀ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਗੱਲਬਾਤ ਵੀ ਕੀਤੀ ਗਈ ਸੀ, ਪਰ ਕਿਤੇ ਨਾ ਕਿਤੇ ਗੱਲ ਸਾਹਮਣੇ ਆਉਂਦੀ ਹੈ, ਪ੍ਰਸ਼ਾਸਨ ਦੀ ਅਣਗਹਿਲੀ ਸਾਹਮਣੇ ਆਉਂਦੀ ਨਜ਼ਰ ਆ ਰਹੀ ਹੈ ਜੀ। ਔਰ ਦੂਜੇ ਪਾਸੇ ਜੇ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ, ਉਹਨਾਂ ਦਾ ਵੀ ਦੌਰਾ ਹੈਗਾ, ਕਿ ਵਾਕਈ ਸਿਆਸਤ ਵੀ ਹੋ ਰਹੀ ਹੈ ਇਸ ਪੂਰੇ ਮਸਲੇ ਨੂੰ ਲੈ ਕੇ? ਵਿਨੋਦ, ਆਪਾਂ ਗੱਲ ਕਰੀਏ ਤਾਂ ਜਿਸ ਤਰ੍ਹਾਂ ਕਿ ਆਪਣਾ ਸ਼ਾਹਕੋਟ ਹਲਕੇ ਦੀ ਗੱਲ ਕਰੀਏ, ਜੇ ਕਾਫੀ ਪਿੰਡ ਜਿਹੜੇ ਉੱਜੜਦੇ ਨਜ਼ਰ ਆ ਰਹੇ ਹਨ, ਉੱਥੇ ਸਿਆਸਤ ਵੀ ਕਿਤੇ ਨਾ ਕਿਤੇ ਛੇੜਦੀ ਨਜ਼ਰ ਆ ਰਹੀ ਹੈ, ਕਿਉਂਕਿ ਅੱਜ ਸਵੇਰੇ ਜਿਹੜੇ ਹੈ ਮੁੱਖ ਮੰਤਰੀ ਸਾਹਿਬ ਉੱਥੇ ਹੋ ਕੇ ਗਏ ਹਨ, ਹੁਣ ਸ਼ਾਮ ਨੂੰ ਜਿਹੜੇ ਬਾਕੀ ਪਾਰਟੀਆਂ ਵਾਲੇ ਵੀ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਹਨ ਜੀ। ਵਿਨੋਦ, ਆਖਰੀ ਸਵਾਲ ਤੁਹਾਡੇ ਤੋਂ,
ਹੁਣ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਪੂਰਾ ਘਟਨਾਕ੍ਰਮ, ਕੈਪਟਨ ਆਏ, ਕੀ ਕੁਝ ਉਹਨਾਂ ਨੇ ਕਿਹਾ, ਹਾਲਾਂਕਿ ਕੈਪਟਨ ਕਹਿ ਰਹੇ ਨੇ 108 ਪਿੰਡ, ਹੋ ਸਕਦਾ ਉਹਨਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਹੋਵੇ ਜਿੱਥੇ ਦਾ ਉਹਨਾਂ ਨੇ ਦੌਰਾ ਕੀਤਾ, ਪਰ 516 ਪਿੰਡ ਬੈਠਦੇ ਨੇ ਕੁੱਲ ਮਿਲਾ ਕੇ, ਜੇ ਮੈਂ 4-5 ਇਲਾਕਿਆਂ ਦੀ ਜ਼ਿਲ੍ਹਿਆਂ ਦੀ ਗੱਲ ਕਰਾਂ। ਪਰ ਦੂਜੇ ਪਾਸੇ ਵਾਕਈ ਜਿਹੜੀ ਮਦਦ ਹੈ, ਪਹੁੰਚ ਹੈ ਪ੍ਰਸ਼ਾਸਨ ਦੀ, ਉਹ ਲੋਕਾਂ ਤੱਕ ਪਹੁੰਚ ਚੁੱਕੀ ਹੈ, ਕਿਉਂਕਿ ਸਾਫ਼ ਤੌਰ 'ਤੇ ਜਦੋਂ ਲਿਵਿੰਗ ਇੰਡੀਆ ਨਿਊਜ਼ ਦੀ ਲੋਕਾਂ ਨਾਲ ਗੱਲਬਾਤ ਹੋਈ ਹੈ, ਵੱਖ ਵੱਖ ਥਾਵਾਂ 'ਤੇ ਲੋਕ ਸ਼ਿਕਾਇਤ ਕਰ ਰਹੇ ਨੇ, ਖਾਣ ਪੀਣ ਦੀ ਰਸਦ ਤੋਂ ਲੈ ਕੇ ਹੋਰ ਲੋੜੀਂਦੀਆਂ ਚੀਜ਼ਾਂ ਉਹਨਾਂ ਨੂੰ ਨਹੀਂ ਮਿਲੀਆਂ, ਡੰਗਰਾਂ ਨੂੰ ਵੀ ਖਾਸਾ ਨੁਕਸਾਨ ਹੋ ਰਿਹਾ ਕਿਉਂਕਿ ਚਾਰਾ ਖਤਮ ਹੋ ਚੁੱਕਿਆ ਹੈ ਅਤੇ ਖਾਣ ਪੀਣ ਨੂੰ ਕੁਝ ਵੀ ਨਹੀਂ ਹੈ। ਹਾਲਾਂਕਿ ਸਰਕਾਰ ਕਹਿ ਰਹੀ ਹੈ ਕਿ ਪੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਵਾਕਈ ਜਿਹੜੀ ਗਰਾਊਂਡ ਜ਼ੀਰੋ ਰਿਪੋਰਟ ਹੈ, ਜਿਹੜੀ ਰਿਐਲਿਟੀ ਹੈ, ਮੈਂ ਜਾਣਨਾ ਚਾਹ ਰਿਹਾ ਕਿ ਵਾਕਈ ਸਰਕਾਰ ਜਿਹੜੀ ਚੀਜ਼ ਦਿਖਾ ਰਹੀ ਹੈ ਉਸ ਤੋਂ ਉਲਟ ਚੀਜ਼ਾਂ ਕਿਵੇਂ ਦੀਆਂ ਨੇ, ਜਾਂ ਫਿਰ ਸਰਕਾਰ ਜਿਵੇਂ ਕਹਿ ਰਹੀ ਹੈ ਕਿ ਉਵੇਂ ਦੀ ਸਥਿਤੀ ਨਜ਼ਰ ਆ ਰਹੀ ਹੈ। ਵਿਨੋਦ, ਵਿਸਤਾਰ ਨਾਲ। ਜੀ ਬਿਲਕੁਲ, ਜੇ ਗੱਲ ਕਰੀਏ ਗਰਾਊਂਡ ਜ਼ੀਰੋ ਰਿਪੋਰਟ ਦੀ ਤਾਂ ਆਪਾਂ ਪ੍ਰਸ਼ਾਸਨ ਵੱਲੋਂ ਜਿਹੜੇ ਇੰਤਜ਼ਾਮਾਂ ਦੀ ਗੱਲ ਕੀਤੀ ਗਈ, ਉੱਥੇ ਸਤਲੁਜ ਨੇ ਪਾਣੀ ਫੇਰ ਕੇ ਰੱਖ ਦਿੱਤਾ ਹੈ, ਪਰ ਕਈ ਸੰਸਥਾਵਾਂ ਐਨਜੀਓ ਜਿਹੜੇ ਪਿੰਡ ਵਾਲੇ ਲੋਕਾਂ ਜਿਹੜੇ ਨਾਲ ਦੇ ਲੱਗਦੇ ਪਿੰਡ ਹੈ ਉਹਨਾਂ ਨੇ ਸਾਥ ਦਿੱਤਾ ਹੈ, ਉਹਨਾਂ ਨੇ ਜਿਹੜੇ ਬਾਹਰ ਚ ਫਸੇ ਪਰਿਵਾਰ ਹੈਗੇ ਆ ਉਹਨਾਂ ਨੂੰ ਪੂਰਾ ਖਾਣਾ ਮੁਹੱਈਆ ਕਰਾਇਆ ਜਾ ਰਿਹਾ ਹਨ, ਪਾਣੀ ਮੁਹੱਈਆ ਕਰਾਇਆ ਜਾ ਰਿਹਾ ਹੈ, ਜਿਹੜੇ ਡੰਗਰ ਪਸ਼ੂ ਜਿਹੜੇ ਫਸੇ ਹੋਏ ਹਨ ਉਹਨਾਂ ਲਈ ਜਿਹੜਾ ਇਹ ਚਾਰਾ ਮੁਹੱਈਆ ਕਰਾ ਰਹੇ ਹਨ। ਮੈਂ ਕੱਲ ਵੀ ਦਿਖਾਇਆ ਸੀ ਗਰਾਊਂਡ ਜ਼ੀਰੋ ਦੀ ਰਿਪੋਰਟ ਦੇ ਵਿੱਚ ਵੀ ਲੋਕਾਂ ਦਾ ਜਿਹੜਾ ਹਾਲ ਵੱਧ ਤੋਂ ਬਦਤਰ ਜਿਹੜਾ ਹੋ ਚੁੱਕਿਆ ਹੈ, ਪ੍ਰਸ਼ਾਸਨ ਦੇ ਨਾਲ ਜਿਹੜਾ ਉਹਨਾਂ ਦੇ ਗੱਲ ਕੀਤੀ ਵੀ ਪ੍ਰਸ਼ਾਸਨ ਵੱਲੋਂ ਤਾਂ ਕੀ ਇੰਤਜ਼ਾਮ ਕੀਤੇ ਗਏ ਹੈ ਤੇ ਲੋਕਾਂ ਨੇ ਪ੍ਰਸ਼ਾਸਨ ਵੱਲੋਂ ਨਾਰਾਜ਼ਗੀ ਹੀ ਜ਼ਾਹਰ ਕੀਤੀ ਹੈ ਤੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਆਣ ਕੇ ਮਿਲੇ ਵੀ ਨਹੀਂ, ਪਰ ਜਿਹੜੀਆਂ ਸੰਸਥਾਵਾਂ ਧਾਰਮਿਕ ਸੰਸਥਾਵਾਂ ਦੀ ਵੀ ਗੱਲ ਕਰੀਏ ਉਹਨਾਂ ਨੇ ਪਹੁੰਚ ਕੇ ਜਿਹੜਾ ਉਹਨਾਂ ਨੂੰ ਹਰ ਜ਼ਰੂਰਤ ਦੀ ਚੀਜ਼ ਮੁਹੱਈਆ ਕਰਵਾਈ ਹੈ ਜੀ। ਪਰ ਵਿਨੋਦ, ਛੱਤਾਂ ਤੇ ਕੈਦ ਜਿਹੜੇ ਲੋਕ ਨੇ, ਜਿਹੜੇ ਪਿੰਡ ਵਾਸੀ ਨੇ, ਉਹਨਾਂ ਨੂੰ ਕੱਢਣ ਲਈ ਕੀ ਉਪਰਾਲੇ ਕੀਤੇ ਜਾ ਰਹੇ ਨੇ, ਜਾਂ ਫਿਰ ਲੋਕ ਖੁਦ ਹੀ ਨਹੀਂ ਜਾਣਾ ਚਾਹ ਰਹੇ ਆਪਣੇ ਘਰਾਂ ਨੂੰ ਛੱਡ ਕੇ? ਕਈ ਲੋਕ ਐਸੇ ਵੀ ਹੈ ਵਿੱਚ ਜਿਹੜੇ ਆਪਣੇ ਘਰਾਂ ਨੂੰ ਨਹੀਂ ਛੱਡ ਕੇ ਜਾਂਦੇ। ਇੱਕ ਗੱਲ ਸਾਹਮਣੇ ਆਉਂਦੀ ਹੈ ਵੀ ਆਪਣੇ ਘਰ ਨੂੰ ਛੱਡ ਕੇ ਕੋਈ ਵੀ ਨਹੀਂ ਜਾਣਾ ਚਾਹੁੰਦਾ। ਇੱਕ ਤਾਂ ਕਿਸਾਨ ਨੂੰ ਦੋਹਰੀ ਮਾਰ ਪਈ ਹੈ, ਇੱਕ ਉਹਦੀ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਿਹੜੀ ਉੱਜੜ ਗਈ, ਦੂਜੇ ਬੰਨੇ ਉਹਦਾ ਘਰ ਉੱਜੜਦਾ ਦਿਖਾਈ ਦੇ ਰਿਹਾ ਹੈ। ਇਸ ਕਰਕੇ ਕਈ ਲੋਕ ਜਿਹੜੇ ਆਪਣੇ ਘਰ ਛੱਡ ਕੇ ਨਹੀਂ ਵੀ ਜਾਣਾ ਚਾਹੁੰਦੇ ਤੇ ਕੁਝ ਲੋਕ ਜਿਹੜੇ ਹੈ ਆਪਣੇ ਘਰ ਛੱਡ ਕੇ ਉੱਚੀਆਂ ਥਾਵਾਂ ਤੇ ਵੀ ਚਲੇ ਗਏ ਹਨ ਜੀ। ਵਿਨੋਦ, ਆਖਰੀ ਸਵਾਲ, ਜੇ ਮਕੈਨਿਜ਼ਮ ਦੀ ਗੱਲ ਕਰਾਂ, ਸਰਕਾਰ ਨੇ ਕੀ ਬਲੂਪ੍ਰਿੰਟ ਬਣਾਇਆ, ਕਿਵੇਂ ਮੁਆਵਜ਼ਾ ਦਿੱਤਾ ਜਾਵੇਗਾ ਕਿਸਾਨਾਂ ਦੇ ਮਸਲੇ ਨੂੰ ਤਾਂ ਲੈ ਕੇ ਕਿਹਾ ਜਾ ਰਿਹਾ ਕਿ ਚਲੋ ਗਿਰਦਾਵਰੀ ਕਰ ਦਾਂਗੇ, ਪਰ ਆਮ ਲੋਕਾਂ ਦੇ ਘਰਾਂ ਦਾ ਨੁਕਸਾਨ, ਸਮਾਨ ਦਾ ਨੁਕਸਾਨ ਜਿਹੜਾ ਵੀ ਹੋਇਆ ਹੈ, ਰਾਸ਼ਟਰੀ ਆਪਦਾ ਵੀ ਘੋਸ਼ਿਤ ਕੀਤੀ ਗਈ ਹੈ। ਕੈਪਟਨ ਨੇ ਮੋਦੀ ਨੂੰ ਵੀ ਕਿਹਾ ਹੈ ਕਿ 1,000 ਕਰੋੜ ਦਾ ਜਿਹੜਾ ਫੰਡ ਹੈ ਉਹ ਰਿਲੀਜ਼ ਕੀਤਾ ਜਾਵੇ। ਹੁਣ ਪੰਜਾਬ ਸਰਕਾਰ ਆਪਣੇ ਵੱਲੋਂ ਇਹ ਕੋਸ਼ਿਸ਼ ਕਰਦੀ ਨਜ਼ਰ ਆਵੇਗੀ, ਜਾਂ ਫਿਰ ਸਿਆਸਤ ਤੋਂ ਪਰੇ ਹੋ ਕੇ ਉਮੀਦ ਕੀਤੀ ਜਾ ਸਕਦੀ ਹੈ ਕਿ ਅਕਾਲੀ ਵੀ ਅਪਰੋਚ ਕਰਨਗੇ ਭਾਜਪਾ ਵਾਲਿਆਂ ਨੂੰ ਕੇਂਦਰ 'ਚ? ਜੀ ਬਿਲਕੁਲ, ਜਿਸ ਤਰ੍ਹਾਂ ਕਿ ਆਈ ਅੱਜ ਸਵੇਰੇ ਇਸ ਬਾਰੇ ਜਦੋਂ ਸ਼ਾਹਕੋਟ ਹਲਕੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਸੰਤੋਖ ਸਿੰਘ ਚੌਧਰੀ ਉਹਨਾਂ ਨਾਲ ਵੀ ਜਦੋਂ ਗੱਲ ਕੀਤੀ ਸੀ ਉਹਨਾਂ ਨੂੰ ਵੀ ਇਹ ਕੁਐਸਚਨ ਕੀਤਾ ਗਿਆ ਸੀ ਵੀ ਜਿਹੜੇ ਜਿਨ੍ਹਾਂ ਦੀ ਫਸਲ ਖਰਾਬ ਗਿਰਦਾਵਰੀ ਹੋ ਜਾਏਗੀ, ਪਰ ਜਿਨ੍ਹਾਂ ਦੇ ਘਰ ਖਰਾਬ ਹੋ ਗਏ ਉਹਨਾਂ ਦਾ ਕੀ ਕੀਤਾ ਜਾਊਗਾ। ਉਹਨਾਂ ਨੇ ਵੀ ਇਹ ਵਿਸ਼ਵਾਸਨ ਅੱਜ ਤੱਕ ਦਿੱਤਾ ਹੈ ਕਿ ਇਹਦੇ ਬਾਰੇ ਜਿਹੜਾ ਇਹ ਕੈਪਟਨ ਸਾਹਿਬ ਨਾਲ ਗੱਲ ਕੀਤੀ ਜਾਊਗੀ ਤੇ ਉਹਨਾਂ ਨੂੰ ਵੀ ਪੂਰਾ ਮੁਆਵਜ਼ਾ ਦਿੱਤਾ ਜਾਏਗਾ ਜੀ। ਬਿਲਕੁਲ, ਛੋਟਾ ਜਿਹਾ ਜਵਾਬ ਤੁਹਾਡੇ ਤੋਂ ਚਾਹਾਂਗਾ, 17 ਜਗ੍ਹਾ ਤੇ ਜਿਹੜਾ ਪਾੜ ਪਿਆ ਹੋਇਆ ਉਹਨਾਂ ਨੂੰ ਭਰਨ ਲਈ ਕੀ ਕੁਝ ਕੀਤਾ ਜਾ ਰਿਹਾ, ਕਿਉਂਕਿ NDRF ਟੀਮਾਂ ਦੇ ਉੱਪਰ ਵੀ ਕਾਫੀ ਦਬਾਅ ਵੇਖ ਰਹੇ ਹਾਂ ਵਿਨੋਦ ਆਪਾਂ, ਕਿਉਂਕਿ ਰੈਸਕਿਊ ਆਪਰੇਸ਼ਨ ਲਗਾਤਾਰ ਚੱਲ ਰਿਹਾ, ਪਰ ਜਿਹੜੇ ਪਾੜ ਪਏ ਹੋਏ ਨੇ ਦਰਿਆ 'ਚ ਉਹ ਵੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ, ਮੋਸਟ ਵਾਈਟਲ ਥਿੰਗ ਹੈ ਕਿ ਉਹਨਾਂ ਨੂੰ ਭਰਿਆ ਜਾਵੇ। ਜੀ ਬਿਲਕੁਲ, ਇਸ ਬਾਰੇ ਵੀ ਜਿਹੜੇ ਅੱਜ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਕੁਐਸਚਨ ਕੀਤਾ ਗਿਆ ਸੀ ਤੇ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਜਿਸ ਤਰ੍ਹਾਂ ਕਿ ਲੋਹੀਆ ਖਾਸ ਦੇ ਜਾਨੀ ਚਾਲ ਪਿੰਡ ਹੈਗਾ ਜਿਹਦੇ ਵਿੱਚ ਕਾਫੀ ਵੱਡਾ ਪਾੜ ਪਿਆ, ਜਿਸ ਕਾਰਨ ਆਲੇ ਦੁਆਲੇ ਦੇ ਸਾਰੇ ਪਿੰਡ ਜਿਹੜੇ ਪਾਣੀ ਨਾਲ ਭਰ ਗਏ ਹਨ, ਉਹਨਾਂ ਨੂੰ ਜਿਹੜਾ ਮੁਕੰਮਲ ਤਰੀਕੇ ਨਾਲ ਸਹੀ ਕਰਨ ਲਈ ਜਿਹੜੀ ਆਰਮੀ ਦੀ ਮਦਦ ਲਿੱਤੀ ਜਾ ਰਹੀ ਹੈ ਤੇ ਜਲਦੀ ਉਹਨੂੰ ਭਰਿਆ ਜਾਵੇਗਾ ਜੀ।
ਵਿਨੋਦ ਸੱਭਰਵਾਲ ਸਾਡੇ ਪੱਤਰਕਾਰ ਸਾਡੇ ਨਾਲ ਜੁੜੇ ਸੀ, ਫਿਲਹਾਲ ਜਾਣਕਾਰੀ ਦੇ ਰਹੇ ਸੀ। ਵਿਨੋਦ, ਲਗਾਤਾਰ ਅਪਡੇਟ ਤੁਸੀਂ ਲੈਂਦੇ ਰਹੋ, ਲਗਾਤਾਰ ਤੁਹਾਡੇ ਤੋਂ ਜਾਣਦੇ ਰਹਾਂਗੇ ਦੁਆਬੇ ਦਾ ਕੀ ਹਾਲ ਹੈ। ਫਿਲਹਾਲ ਕੈਪਟਨ ਨੇ ਫੌਜ ਤੋਂ ਮਦਦ ਦੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ, ਦੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਇੱਕ ਪਾਸੇ ਤਾਂ ਉਹ ਫੌਜ ਦੇ ਨਾਲ ਰਾਬਤਾ ਕਾਇਮ ਕਰ ਰਹੇ ਨੇ, ਗੱਲਬਾਤ ਕਰ ਰਹੇ ਨੇ, ਕਿਵੇਂ ਮਦਦ ਪਹੁੰਚਾਈ ਜਾ ਰਹੀ ਹੈ। ਦੂਜੇ ਪਾਸੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ ਜਾ ਰਿਹਾ ਹੈ।